ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਦੇ ਮੱਦੇਨਜ਼ਰ ਐਸ ਡੀ ਐਮ ਪਾਇਲ ਸ਼੍ਰੀ ਮਨਕਵਲ ਸਿੰਘ ਚਾਹਲ ਦੀ ਅਗਵਾਈ ਹੇਠ ਪਾਇਲ ਵਿਖੇ ਮੌਕ ਡਰਿਲ ਕੀਤੀ ਗਈ। ਇਸ ਮੌਕ ਡਰਿਲ ਤੋਂ ਪਹਿਲਾਂ ਸਮੂਹ ਵਿਭਾਗਾਂ ਨੂੰ ਟਿੱਡੀ ਦਲ ਦੇ ਅਚਾਨਕ ਹਮਲੇ ਦੀ ਸੂਰਤ ਵਿਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਇਸ ਨੇ ਰਾਜਸਥਾਨ ਅਤੇ ਹਰਿਆਣਾ ਵਿਚ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਟਿੱਡੀ ਦਲ ਦੇ ਸੰਭਾਵਿਤ ਹਮਲੇ ਦੀ ਸੂਰਤ ਵਿਚ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਦੀ ਅਗਵਾਈ ਵਿਚ ਵੱਖ ਵੱਖ ਵਿਭਾਗਾਂ ਵਿਚ ਆਪਸੀ ਤਾਲਮੇਲ ਕਾਇਮ ਕੀਤਾ ਗਿਆ। ਮੌਕ ਡਰਿਲ ਦੌਰਾਨ ਤਹਿਸੀਲ ਪਾਇਲ ਦੇ ਫਾਇਰ ਬ੍ਰਿਗੇਡ ਅਤੇ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਰਾਹੀਂ ਟਿੱਡੀ ਦਲ ਤੇ ਸਪਰੇਅ ਕਰਨ ਦੀ ਰਿਹਰਸਲ ਕੀਤੀ ਗਈ। ਖੇਤੀਬਾੜੀ ਅਫਸਰ ਡਾਕਟਰ ਦਿਲਬਾਗ ਸਿੰਘ ਵੱਲੋਂ ਦੱਸਿਆ ਕਿ ਇਹ ਫਿਲਹਾਲ ਇਤਿਹਾਤ ਵਜੋਂ ਸਮੂਹ ਨਿਵਾਸੀਆਂ ਨੂੰ ਅਲਰਟ ਤੇ ਰੱਖਿਆ ਗਿਆ ਤਾਂ ਜੋ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਸੂਰਤ ਵਿਚ ਟਿੱਡੀ ਦਲ ਤੇ ਕਾਬੂ ਪਾਇਆ ਜਾ ਸਕੇ ਅਤੇ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। ਇਹ ਜੀ ਜਿਵੇਂ ਆਪਣੇ ਨੌਰਥ ਇੰਡੀਆ ਦੇ ਰੀਜਨ ਦੇ ਵਿੱਚ ਲੋਕਸਟ ਇਨਫੈਸਟੇਸ਼ਨ ਜਿਹਨੂੰ ਆਪਾਂ ਟਿੱਡੀ ਦਲ ਕਹਿ ਦਿੰਦੇ ਹਾਂ ਉਹਦਾ ਭਰਮਾਰ ਰਾਜਸਥਾਨ ਜਾਂ ਹਰਿਆਣੇ ਜਾਂ ਦਿੱਲੀ ਵੱਲ ਦੇਖਿਆ ਗਿਆ ਤਾਂ ਇਹਨੂੰ ਜੱਜ ਕਰਦੇ ਹੋਏ ਸਾਡੇ ਐਗਰੀਕਲਚਰ ਡਿਪਾਰਟਮੈਂਟ ਨੇ ਇੱਕ ਅਵੇਅਰਨੈਸ ਡਰਾਈਵ ਸਟਾਰਟ ਕੀਤੀ ਹੈ ਵੀ ਜੇ ਰੱਬ ਨਾ ਕਰੇ ਇਹ ਲੋਕਸਟ ਜਾਂ ਟਿੱਡੀ ਦਲ ਪੰਜਾਬ ਵੱਲ ਨੂੰ ਪਰਤਦਾ ਹੈ ਅਤੇ ਆਪਣੇ ਕਿਸਾਨ ਵੀਰ ਉਹਨੂੰ ਨਜਿੱਠਣ ਲਈ ਪ੍ਰੀਵੈਂਟਿਵ ਅਤੇ ਕਿਊਰੇਟਿਵ ਜਿਹੜੇ ਮੇਜਰ ਨੇ ਉਹਨਾਂ ਲਈ ਤਿਆਰ ਰਹਿਣ, ਉਹਨਾਂ ਨੂੰ ਨੌਲੇਜ ਰਹੇ। ਇਸ ਸੰਬੰਧੀ ਜਿਹੜੇ ਐਗਰੀਕਲਚਰ ਆਫਿਸਰ ਦੇ ਆਫਿਸਰ ਨੇ ਇਹ ਜਿਹੜੀ ਮੈਡੀਸਨ ਕਲੋਰੋਪਾਸ ਯੂਜ ਕਰਕੇ ਜਿਹੜੇ ਦਰੱਖਤਾਂ ਉੱਤੇ ਜਾਂ ਫਸਲਾਂ ਉੱਤੇ ਜੇ ਟਿੱਡੀ ਦਲ ਬਹਿੰਦੀ ਹੈ ਤਾਂ ਨੁਕਸਾਨ ਤੋਂ ਪਹਿਲਾਂ ਕਿਵੇਂ ਸਪਰੇ ਕਰਕੇ ਬਚਾਉਣਾ ਉਹਦੀ ਇੱਕ ਮੌਕ ਡਰਿਲ ਅੱਜ ਕਰਵਾਈ ਹੈ ਅਤੇ ਅਵੇਅਰਨੈਸ ਡਰਾਈਵ ਪਿਛਲੇ ਹਫ਼ਤੇ ਤੋਂ ਹੁਣ ਲਗਾਤਾਰ ਪਿੰਡਾਂ ਵਿੱਚ ਸਰਪੰਚਾਂ ਅਤੇ ਐਗਰੀਕਲਚਰ ਸੁਸਾਇਟੀਜ਼ ਨਾਲ ਤਾਲਮੇਲ ਕਰਕੇ ਸ਼ੁਰੂ ਕੀਤੀਆਂ। ਅੱਜ ਇਸ ਸਾਲ ਜਿਹੜਾ ਹੈਗਾ ਨੌਰਥ ਜ਼ੋਨ ਵਿੱਚ ਨੌਰਥ ਜ਼ੋਨ ਦੇ ਸਟੇਟਾਂ ਵਿੱਚ ਟਿੱਡੀ ਦਲ ਆਉਣ ਦੀ ਸੰਭਾਵਨਾ ਬਣੀ ਹੋਈ ਹੈ। ਕਈ ਸਟੇਟ ਆ ਜਿਵੇਂ ਰਾਜਸਥਾਨ ਆ, ਹਰਿਆਣਾ, ਉਹਨਾਂ 'ਚ ਟਿੱਡੀ ਦਲ ਆ ਵੀ ਚੁੱਕਾ। ਇਸ ਤੋਂ ਇਲਾਵਾ ਗੁਆਂਢੀ ਦੇਸ਼ ਹੈ ਜਿਹੜਾ ਪਾਕਿਸਤਾਨ, ਉੱਥੇ ਵੀ ਟਿੱਡੀ ਦਲ ਨੇ ਕਾਫੀ ਜਿਹੜਾ ਨੁਕਸਾਨ ਕੀਤਾ। ਇਸੇ ਤਰ੍ਹਾਂ ਪੰਜਾਬ ਵਿੱਚ ਵੀ ਜਿਹੜਾ ਅਕਤੂਬਰ ਤੱਕ ਇਹ ਸੰਭਾਵਨਾ ਬਣੀ ਆ ਵੀ ਕਿਸੇ ਟਾਈਮ ਵੀ ਟਿੱਡੀ ਦਲ ਦਾ ਹਮਲਾ ਹੋ ਸਕਦਾ। ਜੇਕਰ ਇਹ ਹਮਲਾ ਹੁੰਦਾ ਤਾਂ ਜਿਹੜਾ ਟਿੱਡੀਆਂ ਉਹਨਾਂ ਨੂੰ ਕਿਵੇਂ ਮਾਰਨਾ ਹੈਗਾ, ਕਿਵੇਂ ਕੰਟਰੋਲ ਕਰਨਾ ਤਾਂ ਕਿ ਜਿਹੜੀਆਂ ਸਾਡੀਆਂ ਫਸਲਾਂ ਉਹਨਾਂ ਦਾ ਬਚਾਅ ਹੋ ਸਕੇ, ਉਹਦੇ ਵਾਸਤੇ ਇੱਕ ਰਿਹਰਸਲ ਕੀਤੀ ਗਈ ਆ। ਕਿਉਂਕਿ ਜਿਹੜੀਆਂ ਟਿੱਡੀਆਂ, ਜਦੋਂ ਇਹ ਟਿੱਡੀ ਦਲ ਆਉਂਦਾ ਸਭ ਤੋਂ ਪਹਿਲਾਂ ਇਹ ਸ਼ਾਮ ਦੇ ਟਾਈਮ ਆ ਕੇ ਬੈਠਦਾ, ਵੱਡੇ ਦਰੱਖਤਾਂ 'ਤੇ ਬਹਿੰਦਾ, ਉਸ ਤੋਂ ਬਾਅਦ ਫਿਰ ਛੋਟੇ ਦਰੱਖਤਾਂ 'ਤੇ ਆਉਂਦਾ, ਉਸ ਤੋਂ ਬਾਅਦ ਇਹ ਫਸਲਾਂ 'ਤੇ ਆਉਂਦਾ। ਸਭ ਤੋਂ ਜਿਹੜੇ ਵੱਡੇ ਦਰੱਖਤ ਆ, ਕਿਉਂਕਿ ਜਿਹੜੇ ਆਮ ਸਪਰੇਅ ਪੰਪ ਆ ਉਹਨਾਂ ਨਾਲ ਦਵਾਈ ਆ ਜਿਹੜੀ ਵੱਡੇ ਦਰੱਖਤਾਂ 'ਤੇ ਛਿੜਕੀ ਨਹੀਂ ਜਾ ਸਕਦੀ, ਇਸ ਲਈ ਜਿਹੜੇ ਫਾਇਰ ਬ੍ਰਿਗੇਡ ਮੰਗਾਏ ਗਏ ਆ। ਅੱਜ ਸਿਰਫ ਅਸੀਂ ਪਾਣੀ ਪਾ ਕੇ ਜਿਹੜਾ ਇਹ ਡੈਂਬੋ ਦਿਖਾਈ ਗਈ ਆ, ਅਗਰ ਟਿੱਡੀ ਦਲ ਆਉਂਦਾ ਤਾਂ ਫਿਰ ਇਹਦੇ ਵਿੱਚ ਅਸੀਂ ਦਵਾਈ ਪਾ ਕੇ ਜਿਹੜਾ ਛਿੜਕਾਅ ਕਰਨਾ ਉਹ ਕਿਸਾਨਾਂ ਨੂੰ ਅਸੀਂ ਦਿਖਾਇਆ ਵੀ ਆ ਕਿਵੇਂ ਇਹਦਾ ਕੰਟਰੋਲ ਕਰਨਾ ਹੈਗਾ। ਇਸੇ ਤਰ੍ਹਾਂ ਇੱਕ ਟਰੈਕਟਡ ਮਾਊਂਟਡ ਸਪਰੇਅ ਪੰਪ ਸੀ, ਉਹ ਵੀ ਅਸੀਂ ਲਿਆਂਦਾ ਹੈਗਾ, ਉਹਦੀ ਵੀ ਅਸੀਂ ਡੈਂਬੋ ਦਿਖਾਈ ਆ। ਇਸ ਤੋਂ ਇਲਾਵਾ ਅਸੀਂ ਪਿੰਡਾਂ ਵਿੱਚ ਜਾ ਕੇ ਵੀ ਕਿਸਾਨਾਂ ਨੂੰ ਅਵੇਅਰ ਕਰਦੇ ਰਹਿੰਦੇ ਹਾਂ ਟਿੱਡੀ ਦਲ ਬਾਰੇ, ਜਿਹੜੀ ਜਾਂ ਕੋਈ ਹੋਰ ਜਿਹੜੀ ਕੋਈ ਸਕੀਮ ਚੱਲ ਰਹੀ ਆ ਉਹਦੇ ਬਾਰੇ, ਜਿਸ ਤਰ੍ਹਾਂ ਐਤਕੀ ਲੇਬਰ ਦੀ ਕਿੱਲਤ ਆਈ ਆ, ਕਿਸਾਨਾਂ ਨੂੰ ਅਸੀਂ ਪਿੰਡਾਂ ਵਿੱਚ ਜਾ ਕੇ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਕਾਫੀ ਉਤਸ਼ਾਹਿਤ ਕੀਤਾ। ਇਸ ਤੋਂ ਇਲਾਵਾ ਵੱਟਾਂ 'ਤੇ ਝੋਨਾ ਲਾਉਣ ਦੀ ਜਿਹੜੀ ਤਕਨੀਕ ਆ ਉਹਨੂੰ ਵੀ ਉਤਸ਼ਾਹਿਤ ਕੀਤਾ। ਇਸੇ ਤਰ੍ਹਾਂ ਜਿਹੜੀਆਂ ਕੋਈ ਨਵੀਆਂ ਸਕੀਮਾਂ ਆਉਂਦੀਆਂ ਸਰਕਾਰ ਦੀਆਂ, ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਾਸਤੇ ਜਿਹੜਾ ਸਾਡਾ ਡਿਪਾਰਟਮੈਂਟ ਆ ਉਹ ਪਿੰਡਾਂ ਵਿੱਚ ਜਾ ਕੇ ਕੈਂਪ ਵੀ ਲਾਉਂਦਾ ਹੈਗਾ, ਅਤੇ ਜਿਹੜੀ ਆਪਣੀ ਸੋਸ਼ਲ ਮੀਡੀਆ, ਚਾਹੇ ਵਟਸਐਪ ਦਾ ਜਾਂ ਫੇਸਬੁੱਕ ਆ, ਉਹਦੇ ਰਾਹੀਂ ਕਿਸਾਨਾਂ ਨੂੰ ਅਸੀਂ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਦੇ ਰਹੇ ਹਾਂ। ਇਹਦਾ ਟਿੱਡੀ ਦਲ ਬਾਰੇ ਜ਼ਿਆਦਾ ਜਾਣਕਾਰੀ ਲੋਕਾਂ ਨੂੰ ਮਿਲਣੀ ਚਾਹੀਦੀ ਜੀ। ਇਹਦਾ ਖਤਰਾ ਬਹੁਤ ਜ਼ਿਆਦਾ ਮੰਡਰਾ ਰਿਹਾ ਆਪਣੇ ਪੰਜਾਬ ਦੇ ਉੱਤੇ ਵੀ, ਕਈ ਸਟੇਟਾਂ ਦੇ ਵਿੱਚ ਆਇਆ ਹੋਇਆ। ਇਹ ਬਹੁਤ ਨੁਕਸਾਨ ਕਰਦਾ ਇਹ ਬਹੁਤ ਜ਼ਿਆਦਾ। ਇਹਦੇ ਲਈ ਜਾਗਰੂਕ ਹੋਣਾ ਪੈਣਾ ਅਤੇ ਸਾਰੇ ਮਹਿਕਮਿਆਂ ਨੂੰ ਸਾਨੂੰ ਜਾਣਕਾਰੀ ਦੇਣੀ ਪੈਣੀ ਹੈ ਇਹਦੇ ਬਾਰੇ ਵੀ ਕਿੱਦਾਂ ਕਰਨਾ, ਕਿਸ ਤਰ੍ਹਾਂ ਬਚਣਾ, ਫਸਲਾਂ ਦਾ ਬਚਾਅ ਕਰਨਾ। ਅੱਜ ਇੱਥੇ ਖੇਤੀਬਾੜੀ ਮਹਿਕਮੇ ਨੇ ਕੀ ਕੀਤਾ, ਤੁਹਾਨੂੰ ਕੋਈ ਮਿਲਿਆ ਸਿੱਖਣ ਨੂੰ ਕੁਛ? ਅੱਜ ਇਹਦੇ ਡੈਮੋ ਹੀ ਦਿਖਾ ਰਹੇ ਨੇ ਅਜੇ ਕਰਕੇ ਵੀ ਤੁਸੀਂ ਇਸ ਤਰ੍ਹਾਂ ਬਚਾਓ ਕਰਨਾ ਜਾਂ ਹੋਰ ਕੰਮ ਕਰਨਾ। ਇਹਨੂੰ ਵੀ ਹੋਰ ਥੋੜ੍ਹੀ ਜ਼ਿਆਦਾ ਅਸੀਂ ਵੀ ਇਹਨਾਂ ਨੂੰ ਕਹਿ ਰਹੇ ਵੀ ਜ਼ਿਮੀਂਦਾਰਾਂ 'ਚ ਸਪਰੇ ਪੰਪ ਦੇਣ ਜਾਂ ਦੂਸਰੇ ਟਰੈਕਟਰ ਵਾਲੇ ਪੰਪ ਲਿਆ ਕੇ ਦੇਣ, ਪਹਿਲੇ ਐਡਵਾਂਸ ਦਵਾਈਆਂ ਦੇਣ ਇਹਦੇ ਵਿੱਚ ਲਿਆ ਕੇ, ਤਾਂ ਕਿ ਅਸੀਂ ਸਾਰੇ ਜਣੇ ਆਪਣਾ ਇਸ ਟਿੱਡੀ ਦਲ ਤੋਂ ਬਚਾਅ ਕਰ ਸਕੀਏ, ਆਪਣੀ ਫਸਲ ਬਚਾ ਸਕੀਏ। ਖੰਨੇ ਤੋਂ ਪ੍ਰੋਫੈਸਰ ਅਵਤਾਰ ਸਿੰਘ ਦੀ ਰਿਪੋਰਟ, ਟਰੂ ਸਕੂਪ।